ਇਹ ਵੀਡੀਓ ਦੇਖ ਕੇ ਤੁਸੀਂ ਵੀ ਥੋੜਾ ਭਾਵੁਕ ਹੋ ਜਾਵੋਗੇ ਕਿਉਂਕਿ ਇਸ ਵੀਡੀਓ ਵਿੱਚ ਇੱਕ ਕੁੜੀ ਜੋ ਲੱਖਾਂ ਦੀ ਨੌਕਰੀ ਕਰਨ ਵਾਲੀ ਐਮਬੀਏ ਦੀ ਸਟੂਡੈਂਟ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਨਾਲ ਵਿਆਹ ਕਰਵਾਇਆ ਹੈ ਜਿਸ ਦੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਵਿੱਚ ਬਹੁਤ ਸ਼ਰਧਾ ਸੀ। ਛੋਟੇ ਹੁੰਦਿਆਂ ਤੋਂ ਹੀ ਇਹ ਭਗਵਾਨ ਕ੍ਰਿਸ਼ਨ ਜੀ ਦੀ ਪੂਜਾ ਕਰਿਆ ਕਰਦੇ ਸੀ। ਉਸ ਤੋਂ ਬਾਅਦ ਇਸ ਕੁੜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਹੀ ਆਪਣਾ ਪਤੀ ਮੰਨ ਲਿਆ ਤੇ ਇਸ ਦੇ ਘਰਦਿਆਂ ਨੇ ਵੀ ਇਸ ਦਾ ਵਿਆਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਨਾਲ ਬੜੀ ਧੂਮਧਾਮ ਦੇ ਨਾਲ ਪੂਰੇ ਰਸਮ ਰਿਵਾਜ਼ਾਂ ਦੇ ਨਾਲ ਇਸ ਦਾ ਵਿਆਹ ਕੀਤਾ ਹੈ, ਜਿਵੇਂ ਕਿ ਹਲਦੀ ਦੀ ਰਸਮ, ਸੰਗੀਤ, ਫੇਰੇ, ਵਿਦਾਈ, ਹਰ ਇੱਕ ਉਹ ਚੀਜ਼ ਕੀਤੀ ਹੈ ਜੋ ਕਿ ਇੱਕ ਨੋਰਮਲ ਸ਼ਾਦੀ ਦੇ ਵਿੱਚ ਕੀਤਾ ਜਾਂਦਾ ਹੈ। ਵਿਦਾਈ ਦੇ ਸਮੇਂ ਇਹ ਕੁੜੀ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਅਤੇ ਆਪਣੇ ਪੂਰੇ ਪਰਿਵਾਰ ਨੂੰ ਰਵਾ ਦਿੰਦੀ ਹੈ ਅਤੇ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਹੁਣ ਮੈਂ ਕੁਆਰੀ ਨਹੀਂ ਰਹੀ, ਮੈਂ ਵੀ ਸਿੰਦੂਰ ਲਗਾਇਆ ਕਰੂੰਗੀ ਅਤੇ ਨਾ ਹੀ ਮੈਂ ਹੁਣ ਇਕੱਲੀ ਰਹੀ ਹਾਂ, ਅਤੇ ਆਪਣੇ ਪਰਿਵਾਰ ਨੂੰ ਕਹਿੰਦੀ ਹੈ ਕਿ ਤੁਸੀਂ ਹੁਣ ਸਾਰਿਆਂ ਨੇ ਦੇਖ ਲਿਆ ਨਾ, ਮੇਰਾ ਵਿਆਹ ਹੋ ਚੁੱਕਿਆ ਏ। ਉਸ ਤੋਂ ਬਾਅਦ ਸਾਰਿਆਂ ਨੇ ਉਸਦੀ ਸੁੱਖ ਸ਼ਾਂਤੀ ਦੇ ਨਾਲ ਵਿਦਾਈ ਕੀਤੀ। ਇਹ ਕੁੜੀ ਕਿੰਨਾ ਜ਼ਿਆਦਾ ਭਾਵੁਕ ਹੋ ਗਈ ਸੀ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ। ਇਸ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਸ਼੍ਰੀ ਕ੍ਰਿਸ਼ਨ ਜੀ ਨਾਲ ਜੁੜੀਆਂ ਹੋਈਆਂ ਹਨ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।